ਹੈ ਰੁਖਸਾਰ ਉੱਤੇ, ਦੋਵੇਂ ਵਿਸ਼ਿਆ ਨਾਂਗ ਸਹੀ ਹਨ ਪੈ ਪ੍ਰਤੀ ਹਨ। ਇਵੇਂ ਲੱਗਦਾ ਹੈ ਰੁਖਸਾਰ ਉੱਤੇ ਦੋਵੇਂ ਵਿਸ਼ਿਆ ਨਾਂਗ ਸਹੀ ਹਨ ਪੈ ਪ੍ਰਤੀ ਹਨ। ਤੇ ਹੈ ਬਿਹਤਰ ਕੁੰਜਲਾ ਮੋਢਿਆਂ ਤੇ, ਹੈ ਬਿਹਤਰ ਕੁੰਜਲਾ ਮੋਢਿਆਂ ਤੇ ਗਏ ਆਪਣੇ ਹੋਸ਼ ਖੜੀ ਹਨ ਦੋਵੇਂ ਨੇ ਵੀ ਹਨ। ਕੋਈ ਨਾ ਉਧਰ ਕ ਨਜ਼ਮੀ ਡੰਗ ਲਵਣਾ ਹੈ, ਇਹ ਖਲਕਤ ਕਾਨ ਅਵੀ ਹਨ ਗਏ ਕਬੜੀ ਹਨ। ਦੋਸਤਾਂ ਦੀ ਫਰਮਾਇਸ਼ ਕਿ ਜ਼ਫਰ ਨਜ਼ਮੀ ਉਹ ਦੋਹੜਾ ਜਿਹੜਾ ਤੂੰ ਪਹਿਲਾਂ ਤੇਲਾ ਸੁਣਾਇਆ ਉਹ ਦੁਬਾਰਾ ਸੁਣਾ ਜਨਾਬ। ਕਿ ਕੀ ਕੀਤਾ ਹੀ ਮੈਂ ਤੈਨੂੰ ਮਿਲ ਕੇ ਹਟਣਾ ਮੁੜ ਮਿਲਣ ਟ ਕਰਦਾ ਦਿਲ ਕੀ ਕੀਤਾ ਹੀ ਮੈਂ ਤੈਨੂੰ ਮਿਲ ਕੇ ਹਟਣਾ ਮੁੜ ਮਿਲਣ ਤੇ ਕਰਦਾ ਦਿਲ ਏ ਬੰਦੇ ਚੰਗੇ ਭਲੇ ਨੂੰ ਇਹ ਮਾਰ ਖਤੇਂਦੀ ਤੇਰੀ ਅੱਖੀਆਂ ਦੀ ਜੇਲ ਮੇਲੇ ਬੰਦੇ ਚੰਗੇ ਭਲੇ ਨੂੰ ਇਹ ਮਾਰ ਖਤੇਂਦੀ ਤੇਰੀ ਅੱਖੀਆਂ ਦੀ ਜੇਲ ਮੇਲੇ ਤੇ ਇਹਨਾਂ ਰੇਸ਼ਮ ਵਰਗੀ ਜ਼ੁਲਫਾਂ ਨੂੰ ਇਹਨਾਂ ਰੇਸ਼ਮ ਵਰਗੀ ਜ਼ੁਲਫਾਂ ਨੂੰ ਬੋਲ ਵੰਜਣਾ ਬਹੁ ਮੁਸ਼ਕਿਲ ਏ ਉਹ ਸਮ ਵੰਜਾਂ ਤਾਂ ਮੁੜ ਵੀ ਖਾਬ ਏ ਦਿਸਦਾ ਏ ਤੇਰੇ ਉਤਲੇ ਹੋਠ ਦਾ ਤੇਲੇ ਮੇਰਾ ਦਿਲ ਏ ਕਿ ਕਿਸੇ ਪੀਰ ਦਾ ਮੈਂ ਤਾਵੀਜ਼ ਹੁੰਦਾ ਵਦਾ ਚੁੰਮਖੀਆਂ ਤੇ ਲਾਇਆ ਕਿਸੇ ਪੀਰ ਦਾ ਮੈਂ ਤਾਵੀਜ਼ ਹੁੰਦਾ ਵਦਾ ਚੁੰਮਖੀਆਂ ਤੇ ਲਾਇਆ ਹਾਂ ਬੰਦ ਕਰ ਚਾਂਦੀ ਦੇ ਢੋਲਣੇ ਵਿੱਚ ਮੈਨੂੰ ਆਪਣੇ ਗੱਲ ਵੀ ਪਾਇਆ ਵਾਹ ਜੀ ਵਾਹ ਤੇ ਨਾ ਦੂਰ ਕਰੇ ਹਾਂ ਸੀਨੇ ਤੋਂ ਨਾ ਦੂਰ ਕਰੇ ਹਾਂ ਸੀਨੇ ਤੂੰ ਮੇਰੀ ਰੋਜ਼ ਪਿਆਸ ਬੁਝਾਇਆ ਤੇਰੀ ਅੱਖੀ ਦਾ ਨੂਰ ਖੜੀ ਵੈਂਦਾ ਮੈਂ ਨਜ਼ਮੀ ਅਗਰ ਖੜਾਇਆ ਤੇ ਅਹਿਮਦ ਖਾਨ ਸਮਝਾ ਕੋਈ ਲੱਗਦੇ ਆ ਆਪਣਿਆਂ ਨੂੰ ਹਰ ਬਸ਼ਰ ਬਲਾ ਬਣਵੈਂਦਾ ਸਮਝਾ ਕੋਈ ਲੱਗਦੇ ਆ ਆਪਣਿਆਂ ਨੂੰ ਹਰ ਬਸ਼ਰ ਬਲਾ ਬਣਵੈਂਦਾ ਹੈ ਤੇਰੇ ਸ਼ਹਿਰ ਚ ਐਵਾਂ ਆਵਣ ਵੀ ਮੇਰਾ ਯਾਰ ਗੁਨਾਹ ਬਣਵੈਂਦਾ ਤੇਰੇ ਸ਼ਹਿਰ ਚ ਐਵਾਂ ਆਵਣ ਵੀ ਮੇਰਾ ਯਾਰ ਗੁਨਾਹ ਬਣਵੈਂਦਾ ਹੈ ਤੇ ਤੇਰੇ ਪਿਆਰ ਦੇ ਵਿੱਚ ਬਦਨਾਮ ਜੋ ਹਾਂ ਤੇਰੇ ਪਿਆਰ ਦੇ ਵਿੱਚ ਬਦਨਾਮ ਜੋ ਹਾਂ ਤੇਰੇ ਪਿਆਰ ਦੇ ਵਿੱਚ ਬਦਨਾਮ ਜੋ ਹਾਂ ਇਵੇਂ ਖੱਬਾਂ ਦਾ ਕਾਂ ਬਣ ਵੈਂਦਾ ਹੈ ਤੇਰੀ ਵੰਗ ਟੁੱਟ ਜਾਵੇ ਘਰ ਆਪਣੇ ਮੇਰਾ ਬਾਜ ਕੇ ਨਾ ਬਣ ਵੈਂਦਾ ਹੈ ਇਹ ਸਾਰੇ ਦੋਸਤਾਂ ਨੇ ਫਰਮਾਇਸ਼ ਨਜ਼ਮੀ ਤੂੰ ਪੜ੍ਹੀ ਜਾਣਾ ਪੜ੍ਹੀ ਜਾਣਾ ਕੋਈ ਇਫਤਖਾਰ ਠਾਕਰ ਸਾਹਿਬ ਕਾ ਸਾਨੂੰ ਸੁਣਾਵਣ ਠਾਕਰ ਸਾਹਿਬ ਫਰਮਾਇਸ਼ ਤੁਹਾਡੀ ਵੀ ਹੈ ਤੇ ਦੋਸਤਾਂ ਦੀ ਵੀ ਹੈ ਤੇ ਸਹੀ ਇਹ ਸ਼ੇਰ ਦੇਖੋ ਮੈਂ ਲਿਖੀ ਬੈਠਾ ਨਵਾਂ ਨਵਾਂ ਲਿਖਿਆ ਜੀ ਹਾਂ ਜ਼ੀਰੋ ਮੀਟਰ ਤੇ ਕੋ ਮੰਨਿਆ ਮੁੰਦਰੀ ਸੋਨੇ ਦੀ ਕੱਲ ਗੈਰ ਜੋ ਪੈਂਦੇ ਪਏ ਹਨ ਛੱਲੇ ਸਾਡੇ ਅੱਜ ਸਰਕਾਰ ਦੀ ਤਾਹੀ ਪੀੜ ਕਰੇਂ ਦੇ ਓਏ ਹੋਏ ਛੱਲੇ ਸਾਡੇ ਅੱਜ ਸਰਕਾਰ ਦੀ ਤਾਹੀ ਪੀੜ ਕਰੇਂ ਦੇ ਪਏ ਹਨ ਅਸਾਂ ਇੰਜ ਵੀ ਪਾਗਲ ਨਹੀਂ ਠਾਕਰ ਉਨਵਾਨ ਦਸੇਂ ਦੇ ਪਏ ਹਨ ਅੱਜ ਤੂੰ ਨਹੀਂ ਤੇਰੀਆਂ ਅੱਖੀਆਂ ਚੋਂ ਬੰਦੇ ਹੋਰ ਬੁਲੇਂ ਦੇ ਪਏ ਸ਼ਾਇਰ ਆਦਿਆ ਜੀ ਸ਼ਾਇਰ ਯਾਨੀ ਮੈਂ ਆਦਾ ਜੀ ਦੀਦੀ ਕਿ ਤੇ ਕੋ ਮੰਨਿਆ ਮੁੰਦਰੀ ਸੋਨੇ ਦੀ ਕੱਲ ਗੈਰ ਜੋ ਪੈਂਦੇ ਪਏ ਹਨ ਛੱਲੇ ਸਾਡੇ ਅੱਜ ਸਰਕਾਰ ਦੀ ਤਾਹੀ ਪੀੜ ਕਰੇਂਦੇ ਅਸਾਂ ਇੰਜ ਵੀ ਪਾਗਲ ਨਹੀਂ ਠਾਕਰ ਉਨਵਾਨ ਦਸੇਂਦੇ ਪਏ ਹਨ ਅੱਜ ਤੂੰ ਨਹੀਂ ਤੇਰੀਆਂ ਅੱਖੀਆਂ ਚੋਂ ਬੰਦੇ ਗੈਰ ਬੋਲਦੇ ਪਏ ਸ਼ਾਇਰ ਤਾਂ ਮੈਂ ਸ਼ਾਇਰ ਤੋਂ ਤੁਹਾਨੂੰ ਸੁਣਾਈ ਬੈਠਾ ਪਰ ਮੈਨੂੰ ਇਹ ਭੁੱਲ ਗਿਆ ਕਿ ਵਾਰੀ ਕਹਿੰਦੀ ਠਾਕੁਰ ਸਾਹਿਬ ਸਾਡੇ ਵਿੱਚ ਬਹਿ ਬਹਿ ਕੇ ਨਾ ਸ਼ੇਰ ਤੱਕ ਹੀ ਆ ਗਏ ਮੈਂ ਤਾਂ ਸਿਆਣੇ ਸ਼ਾਇਰ ਬਣ ਗਏ ਵੇ ਸਿਆਣੇ ਆਦਨ ਵੀ ਖਰਬੂਜ਼ਾ ਨਾਸ਼ਪਾਤੀ ਨੂੰ ਦੇਖ ਕੇ ਰੰਗ ਪਕੜ ਦਿੰਦੇ
ਬਹਰਲ ਠਾਕੁਰ ਸਾਹਿਬ ਤੁਸੀਂ ਬਹੁਤ ਸੋਹਣਾ ਮੈਂ ਕਡੋੜਾ ਸੁਣਾਏ, ਖੁਸ਼ ਕਰ ਦਿੱਤੇ ਵੇ ਕਿ ਤਾਂ ਕੋਈ ਸਰੈਕੀ ਆਉਂਦੀ ਹੈ ਇਮਾਨ ਨਾਲ ਬਿਸਮਿਲ੍ਲਾ ਸਹੀ ਸਰੈਕੀ ਵਾਰੀ ਕਹਿੰਦੀ ਹੈ ਤੁਹਾਡੀ ਵਾਰੀ ਕਹਿੰਦੀ ਹੈ ਤਾਂ ਭੁੱਲ ਗਏ ਕੌਣ ਸਟਾਰਟ ਕਰੇ ਸੀ ਪਹਿਲੇ ਹੁੰਦਾ ਹੈ ਹੱਕ ਇਹਨਾਂ ਔਰਤਾਂ ਦਾ ਸਹੀ ਫੈਸਲਾ ਕੀਤਾ ਪਹਿਲੇ ਹੁੰਦਾ ਹੈ ਹੱਕ ਔਰਤਾਂ ਦਾ ਪਹਿਲੇ ਹੁੰਦਾ ਹੈ ਹੱਕ ਔਰਤ ਦਾ ਇੱਥਾਂ ਹਰ ਕੋਈ ਅਦਬ ਕਰੇਂਦਾ ਹੈ ਪਹਿਲੇ ਹੁੰਦਾ ਹੈ ਹੱਕ ਔਰਤ ਦਾ ਇੱਥਾਂ ਹਰ ਕੋਈ ਅਦਬ ਕਰੇਂਦਾ ਹੈ ਅਸਾਂ ਔਰਤ ਕਿਤੇ ਕੈਲੰਡਰ ਵੀ ਫਰੰਟ ਸੀਟ ਅਗੂ ਰੱਖੇਂਦਾ ਹੈ ਜੇ ਬਾਜ਼ਾਰ ਵਨੂ ਤਾਂ ਜੇ ਬਾਜ਼ਾਰ ਵਨੂ ਤਾਂ ਬੋਤਲ ਚਾਹ ਦਿਲ ਜਹੀ ਚੀਜ਼ ਪੇਸ਼ ਕਰੇਂਦਾ ਹੈ ਸਾਡੀ ਟੁੱਟੀ ਹੋਈ ਵੰਗ ਵੀ ਮੁਲਕ ਖੁਦਾ ਦਾ ਚੁੰਮ ਚੁੰਮ ਸੀਨੇ ਲੈਂਦਾ ਹੈ ਜੀ ਜੀ ਜਨਾਬ ਤੁਹਾਨੂੰ ਫਰੰਟ ਸੀਟਾਂ ਮਿਲਣ ਵਾਲੇ ਕਿਉਂ ਮਿਲਦੀਆਂ ਕਿਉਂ ਮਿਲਦੀਆਂ ਕਦੀ ਸੋਚਿਆ ਨੇ ਨਹੀਂ ਕਦੀ ਸੋਚਿਆ ਨੇ ਡਰਾਈਵਰ ਸਾਰੇ ਤੁਹਾਨੂੰ ਕਿਉਂ ਚਾ ਨਾਲ ਬਹੀ ਦੇ ਕਦੀ ਸੋਚਿਆ ਨੇ ਡਰਾਈਵਰ ਸਾਰੇ ਤੁਹਾਨੂੰ ਕਿਉਂ ਚਾ ਨਾਲ ਬਹੀ ਦੇ ਲੱਗੇ ਗੇਰ ਜਾਂ ਭਾਵੇਂ ਜਾਮ ਪਾਵੇ ਠਰਕੀ ਚਸਕੇ ਨਾਲ ਲੱਗੇ ਗੇਰ ਜਾਂ ਭਾਵੇਂ ਜਾਮ ਪਾਵੇ ਇਹ ਠਰਕੀ ਚਸਕੇ ਲੈਂਦੇ ਨੇ ਤੇ ਤੁਸਾਂ ਤੁਰਦੇ ਫਿਰਦੇ ਡਾਕੂ ਹੋ ਕਦੀ ਸੋਚਿਆ ਨੇ ਇਹ ਡਰਾਈਵਰ ਸਾਡੇ ਤੁਹਾਨੂੰ ਕਿਉਂ ਚਾ ਨਾਲ ਬਹਿੰਦੇ ਕਿਉਂ ਚਾ ਨਾਲ ਬਹਿੰਦੇ ਕਦੀ ਸੋਚਿਆ ਨੇ ਇਹ ਡਰਾਈਵਰ ਸਾਰੇ ਤੁਹਾਨੂੰ ਕਿਉਂ ਚ ਨਾਲ ਬਹਿੰਦੇ ਨੇ ਲੱਗੇ ਗੇਰ ਜਾਂ ਭਾਵੇਂ ਜਾਮ ਪਾਵੇ ਇਹ ਠਰਕੀ ਚਸਕੇ ਲੈ ਲੱਗੇ ਗੇਰ ਜਾਂ ਭਾਵੇਂ ਜਾਮ ਪਾਵੇ ਇਹ ਠਰਕੀ ਚਸਕੇ ਲੈਂਦੇ ਨੇ ਤੇ ਤੁਸਾਂ ਟੁਰਦੇ ਫਿਰਦੇ ਡਾਕੂ ਹੋ ਤੁਹਾਡੀ ਅੱਖੀ ਦੇ ਤੀਰ ਕੁਹੇਂਦੇ ਨੇ ਉਹ ਤੁਹਾਨੂੰ ਜੇਬ ਤਰਾਸ਼ ਵੀ ਵੇਖ ਲਵੇ ਤਾਂ ਜੇਬਾਂ ਕੱਟਣੀਆਂ ਉਹ ਫੁੱਲ ਵੱਜਦੇ ਨੇ ਮੈਂ ਇਸ਼ਕਾਂ ਲੈ ਕੇ ਮੈਂ ਹੁਸਨ ਤਾਰੀਫ ਕਰ ਰਿਹਾ ਵਾਹ ਜੀ ਵਾਹ ਕਿਉਂਕਿ ਹੁਸਨ ਹੈ ਤਾਂ ਮੈਂ ਹਾਂ ਬਿਲਕੁਲ ਇੱਕ 14ਵੀਂ ਰਾਤ ਦੀ ਰਾਤ ਕੋਈ ਹਸੀਨ ਚਿਹਰਾ ਛੱਤ ਤੇ ਸੁੱਤੇ ਹੁੰਦਾ ਹੈ ਚੰਨ ਤਾਂ ਆ ਜਾਂਦਾ ਹੈ ਚੰਨ ਤੇ ਉਹ ਚਿਹਰਾ ਟਕਰਾਉਂਦੇ ਹੁੰਦੇ ਮੰਜ਼ਰਕਸ਼ੀ ਕੀਤੀ ਹੈ ਮੈਂ ਬਲਾ ਕੀ ਹੈ ਕਿ ਕੋਈ ਸਨਮ ਰਾਤ ਸੁੱਤਾ ਚੁਬਾਰੇ ਉੱਤੇ ਵੇਖੇ ਵੱਜਦੇ ਸਿਤਾਰੇ ਸਿਤਾਰੇ ਉੱਤੇ ਕੋਈ ਸਨਮ ਰਾਤ ਸੁੱਤਾ ਚੁਬਾਰੇ ਉੱਤੇ ਵੇਖੇ ਵੱਜਦੇ ਸਿਤਾਰੇ ਸਿਤਾਰੇ ਉੱਤੇ ਆਇਆ ਚੰਨ ਵੀ ਕਦੋਂ ਹੈ ਉਭਰਦਾ ਹੋਇਆ ਡਰਦਾ ਡਰਦਾ ਹੋਇਆ ਤੌਬਾ ਕਰਦਾ ਹੋਇਆ ਆਇਆ ਚੰਨ ਵੀ ਕਦੋਂ ਹੈ ਉਭਰਦਾ ਹੋਇਆ ਡਰਦਾ ਡਰਦਾ ਹੋਇਆ ਤੌਬਾ ਕਰਦਾ ਹੋਇਆ ਮਾਰ ਬੁੱਕਰ ਬੜਾ ਚਿਰ ਸੁਚੇਂਦਾ ਰਿਹਾ ਮਾਰ ਬੁੱਕਰ ਬੜਾ ਚਿਰ ਸੁਚੇਂਦਾ ਰਿਹਾ ਜਾਤ ਲੋਕ ਲੋਕ ਬਦਲਾਂ ਚ ਪੈਂਦਾ ਰਿਹਾ ਮੇਰਾ ਸਾਨੀ ਜ਼ਮੀਨ ਤੇ ਕੌਣ ਆ ਗਿਆ ਮੇਰਾ ਸਾਨੀ ਜ਼ਮੀਨ ਤੇ ਕੌਣ ਆ ਗਿਆ ਰੂਪ ਜਿਸ ਦਾ ਮੇਰੀ ਰੋਸ਼ਨੀ ਖਾ ਗਿਆ ਮੇਰਾ ਸਾਨੀ ਜ਼ਮੀਨ ਤੇ ਕੌਣ ਆ ਗਿਆ
ਰੂਪ ਜਿਸ ਦਾ ਮੇਰੀ ਰੋਸ਼ਨੀ ਖਾ ਗਿਆ, ਜਾ ਦੁਪੱਟਾ ਉਹਦੇ ਮੁਖ ਤੇ ਪਾਵੇ ਕੋਈ, ਜਾ ਦੁਪੱਟਾ ਉਹਦੇ ਮੁਖ ਤੇ ਪਾਵੇ ਕੋਈ, ਆਪ ਰੂਪ ਮੇਰੀ ਨਜ਼ਮੀ ਬਚਾਵੇ ਕੋਈ, ਅਦਾ ਵਤ ਨਾ ਫਿਰ ਸਾਵਾਰਾ ਆਸਮਾਨ ਤੇ ਜਿਵੇਂ ਜੋ ਬਣ ਡਿਠਾ ਜਾ ਇਨਸਾਨ ਤੇ। ਯਾਨੀ ਕਿ ਚੰਨ ਚੰਨ ਦੇ ਸਾਹਮਣੇ ਆ ਗਿਆ, ਇਹ ਉਹ ਗੱਲ ਹੈ, ਚੰਨ ਚੰਨ ਦੇ ਸਾਹਮਣੇ ਆ ਗਿਆ। ਤੇ ਕੋ ਯਾਦ ਸੀ ਮੈਂ ਆਖਿਆ ਹਮ ਦਿਲਦਾਰ ਮਿਠਾ ਤੂੰ ਛੋੜ ਵਿਸੇ, ਤੇ ਕੋ ਯਾਦ ਸੀ ਮੈਂ ਆਖਿਆ ਹਮ ਦਿਲਦਾਰ ਮਿਠਾ ਤੂੰ ਛੋੜ ਵਿਸੇ, ਵਲ ਵਲ ਕੁਰਾਨ ਦੇ ਹੱਥ ਨਾ ਰੱਖ ਨਾ ਕਸਮਾ ਖਾ ਤੂੰ ਛੋੜ ਵਿਸੇ, ਜ਼ਰਾ ਸੋਚ ਸਮਝ ਕੇ ਫੈਸਲਾ ਕਰ ਨਾ ਜੋਸ਼ ਦਿਖਾ ਤੂੰ ਛੋੜ ਵੈਸੇ, ਕਰ ਆਇਮਾ ਕੂ ਬਰਬਾਦ ਸਜਣ ਬਸ ਲੋਕ ਖਿਲਾ ਤੂੰ ਛੋੜ ਵੈਸੇ। ਖਾਨ ਕੇ ਮੈਨੂੰ ਹਟ ਗਿਆ ਜਾਗ ਦੇ ਮਗਰ ਨਾ ਲੱਗ ਗਿਆ ਸਲਾਉਣਾ ਠਗ ਠਗ ਬਾਜ ਆਈ ਬਾਜੀ, ਮੈਂ ਹਟ ਗਿਆ ਜਾਗ ਇਹਦੇ ਮਗਰ ਨਾ ਲੱਗ ਇਸ ਲਵਣਾ ਹੀ ਠਗ ਠਗ ਬਾਜ ਆਈ, ਜਿਹੜਾ ਹਰ ਦੇ ਹੱਥ ਤੇ ਬਹਿ ਵੈਂਦਾ ਹੈ ਇਹ ਉਹ ਬੇਨਸਲਾ ਬਾਜ ਆਈ, ਜਿਹੜਾ ਹਰ ਦੇ ਹੱਥ ਤੇ ਬਹਿ ਵੈਂਦਾ ਹੈ ਇਹ ਉਹ ਬੇਨਸਲਾ ਬਾਜ ਬਾਜ ਆਈ। ਉਹ ਗੱਲ ਬਣ ਗਈ ਸਾਡੇ ਚੰਗਿਆਂ ਦਾ ਚੋਖਾ ਕੀਤਾ ਸਜਣ ਲਿਆ ਜਾਈ, ਪਰ ਡੰਗ ਹਰਦੇ ਵੇਖ ਕੇ ਨਜਮੀ ਦੇ ਬੰਨੀ ਸੰਗਤ ਦੀ ਢੋਲ ਨਿਵਾਜ ਆਈ। ਠਾਕਰ ਸਾਹਿਬ ਕੇ ਜ਼ਫਰ ਨਜਮੀ ਤੋਂ ਐਮਾ ਖਾਨ ਦਾ ਐਡਰੈਸ ਦੇ, ਉਸ ਦੇਵਣਾ ਕੋਈ ਨਹੀਂ, ਇੱਕ ਆਸ਼ਿਕ ਮੁਸ਼ ਐਡਰੈਸ ਪੁੱਛ ਰਿਹਾ ਹੈ। ਕੋਈ ਸ਼ਖਸ, ਕਹਾਣੀ ਇਹ ਹੈ ਕਿ ਜ਼ਿੰਦਗੀ ਕੇ ਆਖਰੀ ਸਾਹ ਲੈ ਰਿਹਾ ਹੈ, ਕੋਈ ਸ਼ਖਸ ਜ਼ਿੰਦਗੀ ਦੇ ਆਖਰੀ ਸਾਹ ਲੈ ਰਿਹਾ ਅਤੇ ਉਹ ਖਤ ਲਿਖੀ ਪਿਆ, ਉਹ ਕਾਸਦ ਨੂੰ ਇਸ਼ਾਰਾ ਕਰਕੇ ਆਖਦਾ ਯਾਰ ਇਹ ਖਤ ਮੇਰੇ ਮਹਿਬੂਬ ਦੇ ਸ਼ਹਿਰ ਲਈ ਵਾਂ। ਉਹ ਕਾਸਦ ਆਖਿਆ ਵੀ ਸ਼ਰੀਫ ਆਦਮੀ ਨਾ ਮੈਂ ਤੇਰਾ ਯਾਰ ਡਿੱਠਾ ਨਾ ਮੈਂ ਹੁਸ਼ਿਆਰ ਡਿੱਠਾ, ਖਤ ਕਿਵੇਂ ਲੈ ਜਾਵਾਂ। ਉਹ ਹੁਣ ਕੰਬਦਿਆਂ ਹੱਥਾਂ ਨਾਲ ਉਹ ਕਾਸਦ ਨੂੰ ਐਡਰੈਸ ਦੇ ਰਿਹਾ, ਕਾਸਦ ਨੂੰ ਐਡਰੈਸ ਦੇ ਰਿਹਾ, ਤੁਹਾਨੂੰ ਦੋਸਤੋ ਸਾਰੇ ਹੋ ਕਿ ਕਾਸਦ ਨੂੰ ਆਖਦਾ ਕਿ ਕਾਸਦ ਹੈ ਇਹਸਾਨ ਕਰ ਆਖਰੀ ਬਿਮਾਰ ਤੇ ਛੇਤੀ ਛੇਤੀ ਆਪਣੇ ਖਤ ਦਿਲਦਾਰ ਤੇ, ਕਾਸਦ ਆ ਇਹਸਾਨ ਕਰ ਆਖਰੀ ਬਿਮਾਰ ਤੇ ਛੇਤੀ ਛੇਤੀ ਆਪਣੇ ਖਾਤ ਦਿਲਦਾਰ ਤੇ, ਉਹਦੀਆਂ ਤੰਦੂਰੀਆਂ ਅਜ਼ਾਬ ਸੱਟ ਛੋੜਿਆ ਜਿਵੇਂ ਕਿਸੇ ਅੱਗ ਤੇ ਕਬਾਬ ਸੱਟ ਛੋੜਿਆ, ਏਡੇ ਵੱਡੇ ਘਰ ਵਿੱਚ ਕੱਲਾ ਕੱਲਾ ਹੁੰਦਾ ਹਾਂ, ਵੇਖ ਤਸਵੀਰ ਉਹਦੀ ਹਾਰ ਵੇਲੇ ਰੋਂਦਾ ਹਾਂ, ਟੁਰ ਗਿਆ ਹਿਜਰਾਂ ਦੇ ਤੀਰ ਮੈਨੂੰ ਮਾਰ ਤੇ ਕਾਸਦ ਅਹਿਸਾਨ ਕਰ ਆਖਰੀ ਬਿਮਾਰ ਤੇ। ਅਦੇ ਕਿੱਥੋਂ ਹੀ ਤੂੰ ਅਜੇ ਤੁਹਾਡੀ ਮੇਰਾ ਯਾਰ ਨਹੀਂ ਵੇਖਿਆ, ਕਾਸਮ ਦਾ ਤੂੰ ਅਜੇ ਤੁਹਾਡੀ ਮੇਰਾ ਯਾਰ ਨਹੀਂ ਵੇਖਿਆ, ਜਿੱਥੇ ਪਿਆ ਵਸਦਾ ਸ਼ਹਿਰ ਨਹੀਂ ਵੇਖਿਆ, ਤੈਨੂੰ ਮੈਂ ਦੱਸਾਂ ਸਾਰਾ ਪਤਾ ਉਹਦੇ ਘਰ ਦਾ, ਮੱਤ ਖੜਕਾਵੇਂ ਉੱਥੇ ਕੁੰਡਾ ਬੂਹੇ ਹਾਰਦਾ, ਉਸੇ ਪਰੇਸ਼ਾਨ ਗੱਲਾਂ ਮੇਰੀਆਂ ਵਿਸਾਰ ਤੇ, ਉਸੇ ਪਰੇਸ਼ਾਨ ਗੱਲਾਂ ਮੇਰੀਆਂ ਵਿਸਾਰ ਤੇ, ਕਾਸਦ ਅਹਿਸਾਨ ਕਰ ਆਖਰੀ ਬਿਮਾਰ ਤੇ। ਸ਼ਹਿਰ ਜਦੋਂ ਆਵੇ ਲੈ ਪਹਿਲੇ ਚੌਕ ਐਡਰੈਸ, ਸ਼ਹਿਰ ਜਦੋਂ ਆਵੇ ਲੈ ਪਹਿਲੇ ਚੌਕ ਪਵਣਾ, ਜਿਹੜਾ ਲਿਖ ਦਿੱਤਾ ਮਹੱਲਾ ਪੁੱਛ ਲਵਣਾ, ਥੋੜਾ ਜਿਹਾ ਟੁਰ ਕੇ ਸਕੂਲ ਅੱਗੋਂ ਆਉਣਾ ਹੈ, ਸਕੂਲ ਕੋਲੋਂ ਲਾਂਦੇ ਵਾਲੇ ਪਾਸੇ ਤੋਂ ਜਾਣਾ ਹੈ, ਅੱਗੋਂ ਰੁੱਖ ਟਾਹਲੀਆਂ ਦੇ ਹੁਸਨ ਦੀ ਕਤਾਰ ਤੇ, ਕਾਸਦ ਅਹਿਸਾਨ ਕਰ ਆਖਰੀ ਬਿਮਾਰ ਤੇ। ਕਹਿੰਦਾ ਟਾਹਲੀਆਂ ਤੋਂ ਅੱਗਾਂ ਪਾਤ ਥੋੜਾ ਜਿਹਾ ਕਰਨਾ, ਟਾਹਲੀਆਂ ਤੋਂ ਅੱਗਾਂ ਪਾਤ ਥੋੜਾ ਜਿਹਾ ਕਰਨਾ, ਚਿੱਟਾ ਮਸੀਦ ਦਾ ਮੀਨਾਰ ਨਾ ਵਿਸਰਨਾ, ਅੱਲਾ ਟਾਹਲੀਆਂ ਤੋਂ ਅੱਗਾਂ ਪਾਤ ਥੋੜਾ ਜਿਹਾ ਕਰਨਾ, ਚਿੱਟਾ ਮਸੀਦ ਦਾ ਮੀਨਾਰ ਨਾ ਵਿਸਰਨਾ, ਮੀਨਾਰ ਕੋਲੋਂ ਪਹਿਲੀ ਪਹਿਲੀ ਗਲੀ ਮੁੜ ਜਾਵਣਾ, ਮੀਨਾਰ ਕੋਲੋਂ ਪਹਿਲੀ ਪਹਿਲੀ ਗਲੀ ਮੁੜ ਜਾਵਣਾ, ਸਾਵਾ ਦਰਵਾਜ਼ਾ ਹੌਲੇ ਹੌਲੇ ਖੜਕਾਉਣਾ, ਮੀਨਾਰ ਕੋਲ ਪਹਿਲੀ ਪਹਿਲੀ ਗਲੀ ਮੁੜ ਜਾਵਣਾ, ਸਾਵਾ ਦਰਵਾਜ਼ਾ ਹੌਲੇ ਹੌਲੇ ਖੜਕਾਉਣਾ, ਫੁੱਲਾਂ ਲਈ ਮੀਨਾਰ ਕੋਲ ਪਹਿਲੀ ਪਹਿਲੀ ਗਲੀ ਮੁੜ ਜਾਵਣਾ, ਸਾਵਾ ਦਰਵਾਜ਼ਾ ਹੌਲੇ ਹੌਲੇ ਖੜਕਾਉਣਾ, ਫੁੱਲਾਂ ਵਾਲੀ ਬੂਟੀ ਉਸ ਘਰ ਦੀ ਦੀਵਾਰ ਤੇ, ਕਾਸਦ ਅਹਿਸਾਨ ਕਰ ਆਖਰੀ ਬਿਮਾਰ ਤੇ। ਕਹਿੰਦਾ ਮੋੜੀ ਪਤਨ ਲੱਗੇ ਤਾਂ ਅਗਲੀ ਗੱਲ ਇਹ ਕਿ ਦੱਸਾਂ ਤੈਨੂੰ ਮਾਈ ਦੀਆਂ ਪੱਕੀਆਂ ਨਿਸ਼ਾਨੀਆਂ, ਮਾਈ ਦੀਆਂ ਪੱਕੀਆਂ ਨਿਸ਼ਾਨੀਆਂ, ਮੱਤਾਂ ਭੁੱਲ ਜਾਵਣੀ ਅੱਖੀਆਂ ਨੀ ਮਾਣੀਆਂ, ਦੱਸਾਂ ਤੈਨੂੰ ਮਾਈ ਦੀਆਂ ਲਿਖਦੇ ਪਏ, ਦੱਸਾਂ ਤੈਨੂੰ ਮਾਈ ਦੀਆਂ ਪੱਕੀਆਂ ਨਿਸ਼ਾਨੀਆਂ,
ਮਤਾਂ ਭੁੱਲ ਜਾਵਣੀ ਅੱਖੀਆਂ ਨੀ ਮਾਣੀਆਂ ਲੰਮੇ ਲੰਮੇ ਵਾਲ ਨਾਲ ਗੋਰਾ ਚੀਟਾ ਰੰਗ ਹੈ ਲੰਮੇ ਲੰਮੇ ਵਾਲ ਨਾਲ ਗੋਰਾ ਚਿੱਟਾ ਰੰਗ ਹੈ ਅੱਖੀਆਂ ਨਸੀਲੀਆਂ ਤੇ ਪਤਲਾ ਵੀ ਤੰਗ ਹੈ ਕਾਲਾ ਜਿਹਾ ਤਿਲ ਹੋ ਸੀ ਖੱਬੇ ਰੁਖਸਾਰ ਤੇ ਕਾਲਾ ਜਿਹਾ ਤਿਲ ਹੋ ਸੀ ਖੱਬੇ ਰੁਖਸਾਰ ਤੇ ਕਾਸਾ ਦਾ ਅਹਿਸਾਨ ਕਰ ਆਖਰੀ ਵੀ ਮਾਰ ਤੇ ਪਹਿਲੇ ਖੜ ਅੰਦਰੂ ਉਹ ਤੇਰੇ ਨਾਲ ਬੋਲ ਸੀ ਪਹਿਲੇ ਖੜ ਅੰਦਰੂ ਉਹ ਤੇਰੇ ਨਾਲ ਬੋਲ ਸੀ ਨਾ ਤੇਰਾ ਪੁੱਛ ਕੇ ਤੇ ਪਿੱਛੇ ਕੁੰਡਾ ਖੋਲ ਸੀ ਪਹਿਲੇ ਖੜ ਅੰਦਰੂ ਉਹ ਤੇਰੇ ਨਾਲ ਬੋਲ ਸੀ ਨਾ ਤੇਰਾ ਪੁੱਛ ਕੇ ਤੇ ਪਿੱਛੇ ਕੁੰਡਾ ਖੋਲ ਸੀ ਉਹਨੂੰ ਆਖੇ ਖਾਤ ਹੈ ਨਜ਼ਮੀ ਗਰੀਬ ਦਾ ਉਹਨੂੰ ਆਖੇ ਖਾਤ ਹੈ ਨਜ਼ਮੀ ਗਰੀਬ ਦਾ ਪਹਿਲੇ ਖੜ ਅੰਦਰੂ ਉਹ ਤੇਰੇ ਨਾਲ ਬੋਲ ਸੀ ਨਾ ਤੇਰਾ ਪੁੱਛ ਕੇ ਤੇ ਪਿੱਛੇ ਕੁੰਡਾ ਖੋਲ ਸੀ ਉਹਨੂੰ ਆਖੇ ਖਾਤ ਹੈ ਨਜ਼ਮੀ ਗਰੀਬ ਦਾ ਅੱਖੀ ਉਤੇ ਹੱਥ ਸੁ ਮਿਲਣੇ ਨਸੀਬ ਦਾ ਅੱਖੀ ਉਤੇ ਹੱਥ ਸੁ ਮਿਲਣੋ ਨਸੀਬ ਦਾ ਸਾਹ ਪਿਆ ਲੈਂਦਾ ਬਸ ਤੇਰੇ ਇੰਤਜ਼ਾਰ ਤੇ ਕਾਸੇ ਦਾ ਅਹਿਸਾਨ ਕਰ ਆਖਰੀ ਬਿਮਾਰ ਤੇ ਛੇਤੀ ਛੇਤੀ ਆਪਣੇ ਖਾਤੇ ਦਾ ਨਜ਼ਮੀ ਸਾਹਿਬ ਵਾਸਤੇ ਭਰਪੂਰ ਤਾੜੀ ਇਹ ਇਵੇਂ ਸਮਝੋ ਕਿ ਨਜ਼ਮੀ ਸਾਹਿਬ ਤੁਹਾਡੇ ਮੋਸਨ ਵੀ ਹਨ ਤੁਹਾਨੂੰ ਸਾਰਾ ਐਡਰੈਸ ਸਮਝਾਇਆ ਨਜ਼ਮੀ ਸਾਹਿਬ ਅਗਰ ਤੁਸੀਂ ਮੇਰੇ ਕੋਲ ਸੱਚੀ ਪੁੱਛੋ ਤਾਂ ਯਕੀਨ ਕਰੋ ਮੈਂ ਕੋਈ ਸਮਝ ਕੇ ਨਹੀਂ ਆਈ ਕਿ ਤੁਹਾਡੇ ਵਿੱਚੋਂ ਵੱਧ ਕਿਹੜਾ ਕਿਉਂਕਿ ਡਾਕਟਰ ਸਾਹਿਬਾ ਅਹਿਮਦ ਸਾਹਿਬਾਂ ਨੇ ਜਿਹੜੀ ਸ਼ਾਇਰੀ ਪੇਸ਼ ਕੀਤੀ ਹੈ ਉਹ ਬਹੁ ਆਲਾ ਔਰ ਬਿਹਤਰੀਨ ਹੈ ਉਹ ਵੀ ਕਮਾਲ ਇਹ ਵਾਸਤੇ ਮੇਰੇ ਕੋ ਸਮਝ ਆਉਂਦੀ ਹੈ ਕਿ ਇਹ ਮੁਕਾਬਲਾ ਬਰਾਬਰ ਦਾ ਮੈਂ ਹਾਜ਼ਰੀਨ ਔਰ ਨਾਜ਼ਰੀਨ ਕੋ ਇੱਕ ਗੱਲ ਦੱਸੀ ਵਾਂ ਕਿ ਇਵੇਂ ਸ਼ਾਇਰੀ ਸੁਣਾਵਣਾ ਇੱਕ ਫਨ ਹੈ ਲੇਕਿਨ ਸਹੀ ਸ਼ਾਇਰੀ ਦਾ ਜਵਾਬ ਦੇਵਣਾ ਬਹੁ ਵੱਡਾ ਫਨ ਹੈ ਇਹ ਵਾਸਤੇ ਦੋਵਾਂ ਦਾ ਪਲੜਾ ਬਰਾਬਰ ਹੈ ਮਿਹਰਬਾਨੀ ਇਹ ਮੁਕਾਬਲਾ ਅਸੀਂ ਆਖ ਨਹੀਂ ਸਕਦੇ ਕਿ ਕਿਹੜਾ ਜਿੱਤੇ ਤੇ ਕਿਹੜਾ ਹਾਰੇ ਬਈ ਵਾਹ ਦੋਵੇਂ ਸ਼ਾਇਰ ਆਪਣੇ ਪਾਏ ਦੇ ਸ਼ਾਇਰ ਹਨ ਲਿਹਾਜ਼ਾ ਦੋਵੇਂ ਜਿੱਤੇ ਮਿਹਰਬਾਨੀ ਦੋਵਾਂ ਚੋਂ ਘੱਟ ਕੋਈ ਨਹੀਂ ਤੇ ਸਾਈ ਤੁਹਾਡੀ ਦਿਲਚਸਪੀ ਦੇ ਦਿਆਂ ਆ ਇਹ ਗੱਲ ਕੋ ਅੱਗਾਂ ਵਧੇਨੇ ਆ ਸਾਡੇ ਕੋਲੋਂ ਹੋਰ ਵੀ ਸ਼ਾਇਰ ਬੈਠੇ ਨੇ ਇਹਨਾਂ ਕੋਲੋਂ ਬਾਅਦ ਉਹ ਫਰੰਟ ਤੇ ਆਸਨ ਵੱਲ ਤੁਹਾਕੂ ਹੋਰ ਮਜ਼ਾ ਸੀ ਤੇ ਆਂਦੇ ਪੈਂ ਦੂਜੇ ਸ਼ਾਇਰ ਚਾਹ ਸ਼ਾਹ ਪੀਵਣੀ ਇਵੇਂ ਤੇ ਥਾਈ ਮੰਗਵਾ ਲਓ